ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਵੈਡਿੰਗ ਰਹਿੰਦਾ ਹਾਂ ਐਂਡ ਮੈਂ ਰਿਟਾਇਰਡ ਲੈਕਚਰਰ ਇਨ ਮੈਟਲਰਜੀ ਹੈਗਾ। ਮੈਂ ਸਿੱਖੀ ਅਤੇ ਕ੍ਰਿਸਚੈਨਿਟੀ ਅਤੇ ਇਸਲਾਮ ਉੱਤੇ ਵੀਡੀਓ ਬਣਾਏ ਨੇ ਯੂਟਿਊਬ ਵਿੱਚ, ਅਤੇ ਉਹਨਾਂ ਦੇ ਬਾਰੇ ਕੋਈ 1400 ਹੈਗੇ ਨੇ, ਅਤੇ ਉਹ ਤੁਸੀਂ ਦੇਖੋ ਅਤੇ ਤੁਹਾਨੂੰ ਸਾਰੀ ਸਮਝ ਲੱਗ ਜਾਏਗੀ ਕੀ ਕਲਯੁੱਗ ਵਿੱਚ ਹੋ ਰਿਹਾ ਹੈਗਾ। ਇਹ ਜਿਹੜਾ ਯੁੱਗ ਕਲਯੁੱਗ ਹੈਗਾ, ਸਾਰਿਆਂ ਨਾਲੋਂ ਸੁਨਹਿਰੀ ਯੁੱਗ ਹੈਗਾ। ਇਹਦੇ ਵਰਗਾ ਯੁੱਗ ਨਹੀਂ ਕਿਤੇ ਮਿਲਣਾ, ਕਿਉਂ ਇਸ ਯੁੱਗ ਵਿੱਚ ਹੀ ਜਿਹੜੇ ਪਿਛਲੇ ਹੁੰਦੇ ਨੇ ਕਰਮ ਕੀਤੇ ਹੁੰਦੇ ਲੋਕਾਂ ਨੂੰ, ਉਸ ਦੀ ਮੁਕਤੀ ਦਾ ਮੌਕਾ ਮਿਲਦਾ ਹੈਗਾ। ਮੁਕਤੀ ਉਹਦੇ ਨਜ਼ਰ ਵੀਰਾਂ ਨਹੀਂ ਹੁੰਦੀ, ਅਤੇ ਇਸ ਕਰਕੇ ਇੱਥੇ ਜਦੋਂ ਕਰਮ ਕੀਤੇ ਹੁੰਦੇ ਪਿਛਲੇ ਜਨਮਾਂ ਦੇ, ਕਲਯੁੱਗ ਵਿੱਚ ਉਹਨੂੰ ਫਿਰ ਸਤਿਗੁਰੂ ਮਿਲਦਾ ਹੈਗਾ। ਜਦੋਂ ਸਤਿਗੁਰੂ ਮਿਲਦਾ ਤਾਂ ਉਹ ਨਿਆਰਾ ਹੋ ਜਾਂਦਾ ਦੁਨੀਆਂ ਤੋਂ। ਅਤੇ ਆਪਣਾ ਹਿਸਾਬ ਕਿਤਾਬ ਖੁਦ ਦਿੰਦਾ, ਯਾਨੀ ਕਿ ਮੁਕਤੀ ਪਾ ਜਾਂਦਾ ਹੈਗਾ। ਜਿਹੜੇ ਲੋਕ ਪਿੱਛੇ ਲਾਈ ਅਲੱਗ ਲੱਗਦੇ ਇੱਕ ਦੂਜਿਆਂ ਦੇ, ਉਹ ਹੁੰਦੇ ਅੰਨੇ, ਮਨ ਦੇ ਅੰਨੇ ਹੁੰਦੇ ਨੇ, ਅਤੇ ਜਿਹੜਾ ਪਿੱਛੇ ਲਾਉਣ ਵਾਲਾ ਹੁੰਦਾ ਹੈਗਾ ਉਹ ਹੁੰਦਾ ਕੰਜਰ, ਕਿਉਂ ਕਮਜਾਤਾਂ ਬਣ ਜਾਂਦੀਆਂ ਜਿਹੜੇ ਮਗਰ ਲੱਗਦੇ ਨੇ। ਕਮਜਾਤਾਂ ਨੂੰ ਕਈ ਦਾ ਕੰਜਰੀ ਕੰਜਰੀਆਂ, ਅਤੇ ਉਹ ਹੋ ਜਾਂਦਾ ਕੰਜਰ ਫਿਰ। ਅਤੇ ਇਹ ਆਮ ਰਿਵਾਜ਼ ਹੈਗਾ, ਅਤੇ ਉਹ ਜਿਹੜਾ ਹੈਗਾ ਮੋਹਰੀ ਉਹਨਾਂ ਦਾ ਹੁੰਦਾ ਹੈਗਾ, ਉਹ ਪੈਸੇ ਲੈ ਕੇ ਅਤੇ ਲਾਂਭੇ ਹੁੰਦਾ ਅਤੇ ਜਾਓ ਜੀ, ਯਾਨੀ ਕਿ ਮੂਰਖ ਲੋਕ ਅੱਜ ਕੱਲ੍ਹ ਹੈਗੇ ਨੇ। ਜੇ ਤੁਸੀਂ ਸਿੱਖਣਾ ਹੈਗਾ ਕੁਛ, ਤਾਂ ਉਹਦਾ ਪਹਿਲਾ ਸਟੈਪ ਇਹ ਹੈਗਾ ਕਿ ਜਿਹੜਾ ਜਿੱਥੇ ਤੁਹਾਨੂੰ ਅਕਾਲ ਪੁਰਖ ਨੇ ਜਨਮ ਦਿੱਤਾ ਹੈਗਾ ਉਹ ਨਾ ਛੁਪਾਓ। ਜੇ ਚੂੜੇ ਦੇ ਕਰ ਦਿੱਤਾ ਤਾਂ ਆਪਣੇ ਆਪ ਚੂੜਾ ਲਿਖੋ, ਆਪਣੇ ਆਪ ਨੂੰ ਚੂੜਾ ਚਮਾਰ। ਅਤੇ ਇਹ ਜਿਹੜੇ ਕਿ ਨੇ ਇਹ ਜਿਹੜੇ ਹੈਗੀਆਂ ਕੌਮਾਂ ਇੰਨੀਆਂ ਖਰਾਬ ਨਹੀਂ ਹੈ ਜਿੰਨੀ ਕੌਮ ਖੱਤਰੀ ਕੌਮ ਦੇ ਲੋਕ ਖਰਾਬ ਹੈਗੇ ਨੇ। ਖੱਤਰੀ ਲੋਕ ਕੌਮ ਦੇ ਲੋਕ ਚਿੱਟਾ ਕੱਪੜਾ ਪਾ ਕੇ ਤਾਂ ਆ ਜਾਣਗੇ ਤੁਹਾਡੇ ਪਿੰਡ, ਅਤੇ ਤੁਹਾਨੂੰ ਵਡਿਆ ਕੇ ਤੁਹਾਡੇ ਤੋਂ ਪੈਸੇ ਪੁਸੇ ਲੈ ਕੇ ਲੁੱਟ ਪੁੱਟ ਕੇ ਤਾਂ ਲਾਂਭੇ ਹੁੰਦੇ ਹੈਗੇ ਨੇ। ਅਤੇ ਇਸ ਕਰਕੇ ਤੁਸੀਂ ਆਪਣੀ ਸੁਰਤੀ ਨੂੰ ਕਾਇਮ ਰੱਖਣਾ ਹੈਗਾ। ਸੁਰਤੀ ਨੂੰ ਕਾਇਮ ਰੱਖਣ ਲਈ ਪਹਿਲਾਂ ਹੈਗਾ ਕਿ ਆਪਣਾ ਪਿਓ ਨਾ ਭੁੱਲੋ। ਪਿਓ ਦਾ ਹੀ ਜਿਹੜਾ ਹੈਗਾ, ਕੌਮ ਦਾ ਹੀ ਹੈਗਾ ਜਿਹੜਾ ਬੀ, ਇਹੋ ਹੀ ਜੇ ਬੀਜੋਗੇ ਤਦ ਫਿਰ ਸਿੱਖੀ ਦਾ ਪੌਦਾ ਉੱਗਦਾ ਹੈਗਾ, ਅਤੇ ਸਿੱਖੀ ਦਾ ਪੌਦੇ ਨੂੰ ਫਿਰ ਤੁਸੀਂ ਪਾਣੀ ਦੇ ਹਵਾ ਦੇ ਨਾਲ ਧੁੱਪ ਦੇ ਨਾਲ ਉਹਨੂੰ ਪਕਾਉਣਾ ਹੈਗਾ। ਸ਼ਰਮ ਪਾਣੀ ਹੈਗਾ ਪੌਦੇ ਲਈ, ਜਿੱਦਾਂ ਬਾਣੀ 'ਚ ਲਿਖਿਆ। ਅਤੇ ਇਸ ਕਰਕੇ ਜਿਹੜੀ ਹੈਗਾ ਸ਼ਬਦ ਨਾਲ ਉਹਨੂੰ ਪਕਾਉਣਾ ਹੈਗਾ, ਪਕਾ ਕੇ ਅਤੇ ਉਹਨੂੰ ਅਨਾਜ ਤੁਸੀਂ ਮੁਕਤੀ ਲਈ ਆਪਣਾ ਪਿਓ ਦੇ ਘਰ ਸਿੱਖਣਾ ਹੈਗਾ। ਅਤੇ ਇਹ ਕਲਯੁੱਗ ਵਿੱਚ ਅੰਧੇਰਾ ਹੁੰਦਾ ਹੈਗਾ, ਇੰਨਾ ਅੰਧੇਰਾ ਹੁੰਦਾ ਕਿ ਲੋਕ ਆਪਣਾ ਪਿਓ ਹੀ ਭੁੱਲ ਜਾਂਦੇ, ਦੁਨਿਆਵੀ ਹੋਰ ਤਾਂ ਗੱਲਾਂ ਹੀ ਰਹੀਆਂ, ਅਕਾਲ ਪੁਰਖ ਨੂੰ ਤਾਂ ਕੀ ਪਾਉਣਾ। ਇਸ ਕਰਕੇ ਲੋਕਾਂ ਨੂੰ ਇਹ ਪਿੱਛੇ ਕਈ ਲੋਕ ਸ਼ੈਤਾਨ ਲੋਕ ਜਿਹੜੇ ਨੇ, ਆਪ ਤਾਂ ਕੇਰੀ ਲਾਉਂਦੇ ਨਹੀਂ ਹੈਗੇ ਆਪਣੇ ਪਿੱਛੇ ਪਿੰਡ ਦਾ ਨਾਂ ਜਾਂ ਜ਼ਿਲ੍ਹੇ ਦਾ ਨਾਂ, ਪਰ ਦੂਏ ਦੇ ਨਾਂ ਦੇ ਲਾ ਦੇਣਗੇ ਪਿੱਛੇ, ਤਾਂ ਕਿ ਉਹਨੂੰ ਬੇਵਕੂਫ ਬਣਾਉਣ। ਅਤੇ ਜੇ ਉਹਦੇ ਲਾਉਣ ਦੇ ਪਿੱਛੇ ਉਹ ਮੰਨ ਗਿਆ, ਉਹਨੇ ਕੋਈ ਹਿੱਲਤ ਪੁੱਲਤ ਨਹੀਂ ਕੀਤੀ, ਤਾਂ ਉਹ ਸਮਝ ਲੈਂਦੇ ਪਾਸੇ ਪੱਕਾ ਬੁੱਧੂ ਹੈਗਾ, ਇਹ ਬੜਾ ਚੰਗਾ ਹੈਗਾ, ਇਹੋ ਹੀ ਇਹਦੇ 'ਤੇ ਆਪਾਂ ਕੰਮ ਲਈਏ, ਫਿਰ ਉਹਦੇ 'ਤੇ ਮੋਢੇ 'ਤੇ ਰੱਖ ਕੇ ਬੰਦੂਕਾਂ ਚਲਾਉਂਦੇ ਨੇ। ਅਤੇ ਹੁਣ ਇਹ ਕਾਹਨ ਸਿੰਘ ਨੇ ਲਿਖ ਦਿੱਤਾ ਹੈਗਾ, ਹਾਂ ਹਿੰਦੂ ਨਹੀਂ ਹੈ, ਜਿਵੇਂ ਕਿ ਪਹਿਲਾਂ ਦੱਸਿਆ ਕਿ ਹਿੰਦੂ ਉਹ ਹੁੰਦਾ ਜਿਹਨੂੰ ਆਪਣੀ ਹੋਂਦ ਦਾ ਪਤਾ ਹੋਵੇ, ਜਿਹਨੂੰ ਹੋਂਦ ਦਾ ਨਹੀਂ ਪਤਾ ਹੁੰਦਾ ਵੀ ਕੌਣ ਹੋਣਾ, ਕਿਹਦਾ ਪੁੱਤਰ ਹੈਗਾ, ਕਿਉਂ ਕੌਣ ਮੇਰਾ ਪਿਓ ਹੈਗਾ ਅਤੇ ਕੌਣ ਕਿਹੜੀ ਕੌਮ ਦੇ ਹੈਗਾ ਮੈਂ, ਉਹ ਹੁੰਦਾ ਹਰਾਮੀ। ਅਤੇ ਜਿਹੜਾ ਆਪਣੇ ਆਦਮੀ ਇੱਕ ਤਾਂ ਕੰਜਰੀ ਦੇ ਪੇਟ 'ਚ ਹਰਾਮੀ ਪੈਦਾ ਹੁੰਦਾ, ਉਹ ਤਾਂ ਜੇ ਭਗਤੀ ਰਾਮ ਦੀ ਕਰੇ ਨਾ ਉਹ ਇੱਕ ਵੱਡਾ ਸੰਤ ਬਣ ਸਕਦਾ ਹੈਗਾ। ਦੂਜੇ ਹੈਗੇ ਜਿਹੜੇ ਪਿਓਆਂ ਦੇ ਘਰ ਪੈਦਾ ਹੁੰਦੇ ਨੇ, ਲੇਕਿਨ ਉਹ ਆਪਣੀ ਕੌਮ ਬਦਲ ਲੈਂਦੇ ਨੇ,
ਜਾਂ ਆਪਣਾ ਜਿਹੜਾ ਸਰਨੇਮ ਉਹਨੂੰ ਕਹਿੰਦੇ ਦਫ਼ਾ ਰਫ਼ਾ ਕਰੋ, ਹੋਰ ਸਰਨੇਮ ਲੈ ਲਓ, ਜਿਵੇਂ ਕਿ ਜਿਹੜਾ ਪਿੰਡਾਂ ਦੇ ਨਾਂ ਲਾ ਦਿੰਦੇ, ਕੋਈ ਸ਼ਹਿਰਾਂ ਦੇ ਨਾਂ, ਕੋਈ ਸਾਰੇ ਸੂਬੇ ਦਾ ਨਾਂ ਲਾ ਦਿੰਦੇ ਨੇ। ਇਸ ਕਰਕੇ ਭਾਈ ਕਾਹਨ ਸਿੰਘ ਨਾਭਾ ਉਹਨੇ ਸਾਰੀ ਸਟੇਟ ਦਾ ਨਾਂ ਪਿੱਛੇ ਆਪਣੇ ਥੱਪ ਦਿੱਤਾ। ਸਟੇਟ ਦਾ ਨਾਂ ਥੱਪਣ ਦਾ ਮਤਲਬ ਇਹ ਕਿ ਜਿਹੜੀ ਮੇਰੀ ਮਾਂ ਸੀਗੀ ਉਹ ਸਾਰੇ ਸਟੇਟ 'ਚ ਘੁੰਮੀ ਹੋਈ ਸੀਗੀ, ਇੱਕ ਮਸ਼ਹੂਰ ਕੰਜਰੀ ਸੀਗੀ, ਉਹਦੇ ਪੇਟ 'ਚ ਮੈਂ ਪੈਦਾ ਹੋਇਆ। ਯਾਨੀ ਕਿ ਇੰਨੀ ਅਕਲ ਦੇ ਮਾਲਕ ਹੁੰਦੇ ਨੇ ਇੱਦਾਂ ਦੇ ਲੋਕ ਜਿਹੜੇ ਹੁੰਦੇ, ਫਿਰ ਉਹ ਅਕਾਲ ਪੁਰਖ ਦੇ ਜਥੇਦਾਰ ਬਣਾ ਦਿੰਦੇ ਨੇ। ਅਤੇ ਫਿਰ ਤੁਹਾਨੂੰ ਪਤਾ ਵੀ ਮੂਰਖ ਨੇ ਕੀ ਬਹਿ ਕੇ ਉੱਥੇ ਕਰਨਾ। ਇਹਦਾ ਹੈਗਾ ਚੌਥੇ ਪੰਥ ਦਾ ਅਕਾਲ ਤਖ਼ਤ, ਜਿਹੜਾ ਚੌਥੇ ਪੰਥ ਦਾ ਤਖ਼ਤ ਹੈਗਾ ਨਿਰਮਲੇ ਸੰਤਾਂ ਦਾ। ਅਤੇ ਸੋਢੀ ਖੱਤਰੀਆਂ ਨੇ ਉਹ ਨਿਰਮਲੇ ਸੰਤ ਦਾ ਚੱਕ ਕੇ ਬਾਹਰ ਮਾਰੇ, ਕਿ ਉਹ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਆਇਆ ਸੀ ਹਰਿਮੰਦਰ ਸਾਹਿਬ ਆਪਣੇ ਘਰ, ਉਹਨਾਂ ਨੇ ਮੂੰਹ 'ਤੇ ਦਰਵਾਜ਼ਾ ਮਾਰਿਆ ਜਾਂ ਦੌੜ ਜਾ ਇੱਥੋਂ, ਜੇ ਉਹਨੂੰ ਨਹੀਂ ਇਹਨਾਂ ਨੇ ਆਦਰ ਨਾਲ ਆਉਣ ਦਿੱਤਾ ਤਾਂ ਹੋਰ ਕਿਹਨੂੰ ਆਉਣ ਦੇਣਗੇ। ਇਸ ਕਰਕੇ ਖੱਤਰੀਆਂ ਤੋਂ ਬਚ ਕੇ ਰਹੋ। ਅਤੇ ਇਹਨਾਂ ਨੇ ਜਿਹੜਾ ਰਣਜੀਤ ਸਿੰਘ ਤੋਂ ਇਹ ਸੋਨਾ ਲਗਵਾ ਕੇ ਉੱਪਰ ਹਰਿਮੰਦਰ ਦੇ, ਇਹਨੂੰ ਇੱਕ ਪੈਸੇ ਦੀ ਟਕਸਾਲ ਬਣਾ ਲਈ। ਅਤੇ ਜਿੰਨਾ ਇਹਨਾਂ ਨੇ ਬਾਣੀ 'ਚ ਤਬਦੀਲੀਆਂ ਕੀਤੀਆਂ ਨੇ ਉਹਦਾ ਅੰਦਾਜ਼ਾ ਤੁਸੀਂ ਆਪ ਲਗਾਓਗੇ ਕਿ ਪ੍ਰੋਫੈਸਰ ਜੋਤ ਸਿੰਘ 1946 ਦੇ ਕਰੀਬ ਜਦੋਂ ਇਹਨਾਂ ਦਾ ਝਗੜਾ ਚੱਲਦਾ ਸੀਗਾ, ਉਦੋਂ ਹੀ ਬੀੜ ਜਿਹੜੀ ਸੀ ਕਰਤਾਰਪੁਰ ਵਾਲੀ ਅਸਲੀ, ਉਹ ਡਿਪਟੀ ਕਮਿਸ਼ਨਰ ਜਲੰਧਰ ਨੇ ਮੰਗਵਾ ਲਈ ਸੀਗੀ ਆਪਣੇ ਕਬਜ਼ੇ 'ਚ। ਜਦੋਂ ਤਾਈਂ ਫੈਸਲਾ ਨਹੀਂ ਹੁੰਦਾ ਉਨੇ ਚਿਰ ਇੱਥੇ ਰਹਿ ਗਈ, ਜਦੋਂ ਫੈਸਲਾ ਹੋ ਗਿਆ ਉਦੋਂ ਇਹ ਦਿੱਤੀ ਜਾਏਗੀ ਉਹ ਜਿਹੜਾ ਵਿਨ ਕਰ ਜਾਏਗਾ। ਅਤੇ ਇਸ ਕਰਕੇ ਜਿਹੜੇ ਸੋਢੀ ਖੱਤਰੀ ਸਨ ਉੱਥੇ ਦੇ ਕਰਤਾਰਪੁਰ ਦੇ, ਉਹਨਾਂ ਨੇ ਬੀੜ ਉੱਥੇ ਲੈਣ ਦੀ ਸੀਗੀ ਜਲੰਧਰ ਡਿਪਟੀ ਕਮਿਸ਼ਨਰ ਦੇ, ਅਤੇ ਡਿਪਟੀ ਕਮਿਸ਼ਨਰ ਦੇ ਫਿਰ ਦਫ਼ਤਰ 'ਚ ਪ੍ਰੋਫੈਸਰ ਜੋਤ ਸਿੰਘ ਅਤੇ ਪ੍ਰੋਫੈਸਰ ਟਰੰਪ ਉਹਨਾਂ ਨੇ ਬਹਿ ਕੇ ਸਫ਼ਾ ਸਫ਼ਾ ਇਹਦਾ ਦੇਖਿਆ। ਅਤੇ ਲਿਖਿਆ ਹੈਗਾ ਕਿ ਕੋਈ 200 ਸਫ਼ੇ ਇਹਨਾਂ ਨੇ ਬਿਲਕੁਲ ਹੀ ਸਾਫ਼ ਕੀਤੇ ਹੋਏ ਨੇ, ਬਾਕੀ ਕਈ ਜਗ੍ਹਾ ਉਹਨਾਂ ਨੇ ਰਸੌਂਤ ਨਾਲ ਉੱਥੇ ਉਹਨਾਂ ਨੇ ਬਾਣੀ ਬਦਲੀ ਹੋਈ ਹੈਗੀ। ਯਾਨੀ ਕਿ ਇਹਨਾਂ ਨੇ ਮੈਕਸੀਮਮ ਜਿਹੜੀ ਸੀ ਉਹ ਕੀਤਾ ਹੈਗਾ। ਅਤੇ ਇਹਨਾਂ ਨੇ ਮਿਡਲ ਈਸਟਾਂ ਨੇ ਵੀ ਬਦਲੀ ਸੀਗੀ, ਪਰ ਇੰਨੀ ਨਹੀਂ ਬਦਲੀ ਉਹਨਾਂ ਦੇ, ਤਾਂ ਹੁਣ ਨੋਸਟਿਕ ਗੋਸਪਲ ਜਿਹੜੇ ਨਿਕਲੇ ਆਏ ਨਾ ਉਹ ਸਾਰੀ ਟਰੁੱਥ ਦੱਸੀ ਜਾਂਦੀ ਵੀ ਕੀ ਸੀਗਾ ਅਸਲੀਅਤ ਅਤੇ ਕੀ ਨਕਲੀਅਤ ਸੀਗੀ। ਪਰ ਆਪਣੇ ਨਹੀਂ ਉਹ ਇਹ ਖੱਤਰੀ ਪੇਸ਼ ਜਾਣ ਦਿੰਦੇ। ਇਸ ਕਰਕੇ ਜਿਹੜਾ ਪਿੱਛੇ ਤੁਸੀਂ ਆਪਣੇ ਪਿੰਡ ਦਾ ਨਾਂ ਜਾਂ ਸ਼ਹਿਰ ਦਾ ਨਾਂ ਲਿਖਦੇ ਹੈ, ਇਹ ਜੇ ਤੁਹਾਨੂੰ ਸੁਰਤੀ ਹੋਵੇ ਅਤੇ ਪਤਾ ਹੋਵੇ ਇਹ ਬਹੁਤ ਹੀ ਬਹੁਤ ਗਲਤ ਹੈ। ਇੱਦਾਂ ਹੀ ਲੋਕ ਜਿਹੜੇ ਹੈਗੇ ਚੂੜੇ ਚਮਾਰ, ਉਹਨਾਂ ਨੂੰ ਗਾਂਧੀ ਨੇ ਕਹਿਤਾ ਹਰੀਜਨ। ਹੁਣ ਹਰੀਜਨ ਉਹ ਹੁੰਦੇ ਨੇ ਜਿਹੜੇ ਕਿ ਦਾਸੀਆਂ ਦੇ ਪੇਟ 'ਚੋਂ ਮੁੰਡੇ ਪੈਦਾ ਹੋਣ, ਯਾਨੀ ਕਿ ਉਹ ਹਰਾਮੀ ਜਿਨ੍ਹਾਂ ਦਾ ਪਤਾ ਨਹੀਂ ਹੁੰਦਾ ਇਹਨਾਂ ਦਾ ਪੇ ਕੌਣ ਹੈਗਾ। ਮੰਦਰ ਦੀਆਂ ਦਾਸੀਆਂ ਕਈ ਚੀਜ਼ ਕਈਆਂ ਨੂੰ ਸਰਵ ਕਰਦੀਆਂ ਨੇ, ਇਹ ਨਹੀਂ ਪਤਾ ਕਿੱਥੋਂ ਮੁੰਡਾ ਕਿਹਦਾ ਹੋ ਗਿਆ। ਅਤੇ ਉਹ ਜਿਹੜੇ ਹੁੰਦੇ ਨੇ ਹਰਾਮੀ, ਉਹਨਾਂ ਨੂੰ ਜੀਜ਼ੇ ਨੇ ਮਸਟਰਡ ਸੀਡ ਕਿਹਾ ਹੈਗਾ। ਅਤੇ ਉਹ ਜੇ ਆਪਣੇ ਰੱਬ ਦੀ ਭਗਤੀ ਕਰਨ ਉਹ ਇੱਕ ਬਹੁਤ ਮਹਾਨ ਸੰਤ ਬਣ ਸਕਦੇ ਨੇ। ਯਾਨੀ ਕਿ ਅਕਾਲ ਪੁਰਖ 'ਚ ਜਾਤ ਪਾਤ ਨਹੀਂ ਹੁੰਦੀ, ਭੇਦ ਨਹੀਂ ਹੁੰਦਾ, ਉੱਥੇ ਸਿਰਫ ਪਿਓਰਲੀ ਸਪਿਰਚੁਅਲ ਹੁੰਦਾ ਹੈਗਾ। ਇਸ ਕਰਕੇ ਆਪਣੇ ਤੁਸੀਂ ਸੁਰਤੀ ਨਾਲ ਚੱਲੋ ਅਤੇ ਸੁਰਤੀ ਨਾਲ ਆਪਣੇ ਪਿਓ ਨੂੰ ਸੰਭਾਲੋ, ਕਿਉਂ ਜਿਹੜਾ ਘਰ ਪਾਰ ਜਿੱਥੇ ਰਹਿੰਦੇ ਹਾਂ ਉਹ ਤੁਹਾਡੇ ਕੌਮੀ ਪਿਓ ਦਾ ਹੈਗਾ। ਕੋਈ ਜੱਟ ਹੈਗਾ ਕੌਮ, ਕੋਈ ਤਰਖਾਨ ਕੌਮ ਦਾ ਹੈਗਾ, ਕੋਈ ਕੁਛ ਹੈਗਾ, ਉਹ ਸਿੱਖਾਂ ਦੇ ਘਰ ਨਹੀਂ ਹੈਗੇ। ਸਿੱਖਾਂ ਦੇ ਘਰ ਹੁੰਦੇ ਨੇ ਗੁਰਦੁਆਰੇ, ਤੁਸੀਂ ਗੁਰਦੁਆਰੇ ਥੋੜ੍ਹੇ ਪੈਦਾ ਹੋਏ ਹੈ। ਅਤੇ ਪਹਿਲਾਂ ਆਪਣੀ ਕੌਮ ਦੇ ਬਣੋ, ਕੌਮ ਨਾਲ ਬਣਨ ਨਾਲ ਉਹ ਤੁਹਾਡਾ ਪਿਓ ਤੁਹਾਡੀ ਰਾਖੀ ਰੱਖੂਗਾ, ਉਹ ਤੁਹਾਨੂੰ ਆਪਣੀ ਜਾਇਦਾਦ ਦੇਵੇਗਾ ਅਤੇ ਤੁਸੀਂ ਅਮਨ ਚੈਨ ਨਾਲ ਖਾਓ ਪੀਓਗੇ। ਪਰ ਜੇ ਨਾ ਬਣੇ ਉਹ ਪਿਓ ਜਿਹੜਾ ਹੈਗਾ ਉਹ ਛਿੱਤਰ ਖੋਲ੍ਹ ਕੇ ਤੁਹਾਨੂੰ ਆਪਣੇ ਘਰੋਂ ਕੱਢ ਦਿੰਦਾ। ਫਿਰ ਜਿੱਦਾਂ ਪਾਕਿਸਤਾਨ ਬਣਿਆ ਸੀ ਇੱਦਾਂ ਤੁਸੀਂ ਖੱਜਲ ਖੁਆਰ ਹੋਵੋਗੇ।